बीते दिन डेरा प्रेमी प्रदीप कुमार की कोटकपूरा विच गोलियां लगन कारण मौत हो गई सी। प्रदीप कुमार की अंतम अरदास वालों कोटकपूरा विच नाम चर्चा रखी गई, जिस विच डेरा सरसा तो 45 मैंबर रिश्तेदार अते वड्डी गिनती विच डेरा प्रेमियां ने शमूलियत की। इस मौके प्रदीप कुमार कटारिया के परिवार वालों जरूरतमंद 5 परिवारों नूं राशन वंडिया गया अते परिवार वालों नाम चर्चा ते पहुंचियां होईयां समूह संगतां दा धन्नवाद कीता। नारा ला के सब तो मंग करा और हाथ खड़े करके उस दाता को
ਸਾਡੇ ਸਾਰੇ ਜ਼ਿੰਮੇਵਾਰਾਂ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੀ ਸਮੂਹ ਸਾਧ ਸੰਗਤ ਵੱਲੋਂ ਇਸ ਪ੍ਰਕਾਰ ਨੂੰ ਹੋਰ ਹੌਸਲਾ ਦਿੰਦਾ ਹਾਂ ਔਰ ਵਿਸ਼ਵਾਸ ਕਰਾਉਂਦਾ ਹਾਂ ਕਿ ਤੁਹਾਡੇ ਲਈ ਸਮੂਹ ਸਾਧ ਸੰਗਤ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਤੁਹਾਡੀ ਮਦਦ ਕਰਨ ਲਈ ਤਿਆਰ ਹੈ। ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਸਾਧ ਸੰਗਤ ਜ਼ਿੰਮੇਵਾਰ ਤੁਹਾਡੇ ਨਾਲ ਹਨ। ਕਦੇ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਨਹੀਂ ਸੋਚਣਾ ਕਿ ਸਾਡੇ ਘਰ ਦੇ ਵਿੱਚੋਂ ਸਾਡਾ ਚਿਰਾਗ ਚਲਾ ਗਿਆ ਅਤੇ ਸਾਡੇ ਨਾਲ ਕੋਈ ਨਹੀਂ ਹੈ। ਆ ਸਾਰੇ ਹੀ ਤੁਹਾਡੇ ਭੈਣ ਭਰਾ ਜਿੰਨੇ ਵੀ ਇੱਥੇ ਆਏ ਹੈ ਰਿਸ਼ਤੇਦਾਰ ਹੈ ਤੁਹਾਡੇ ਨਾਲ ਹਨ ਤਾਂ ਸਾਰੇ ਕੀ ਤੁਸੀਂ ਇਸ ਗੱਲ ਦਾ ਸਹਿਮਤ ਹੋ ਬਾਈ ਜੀ? ਸਾਰੇ ਧੰਨ ਧੰਨ ਸਤਿਗੁਰੂ ਅਤੇ ਆਹੀ ਆਸਰਾ। ਸਤਿਗੁਰ ਦੀ ਪਿਆਰੇ ਸਤਸੰਗ ਜੀ, ਮੈਂ ਜ਼ਿਆਦਾ ਨਾ ਕੁਛ ਕਹਿੰਦਾ ਹੋਇਆ ਕਿਉਂਕਿ ਬੁਲਾਰੇ ਹੋਰ ਵੀ ਬੋਲਣ ਵਾਲੇ ਹੈ। ਇਸ ਪਰਿਵਾਰ ਬਾਰੇ ਮੈਂ ਜਿੰਨਾ ਮਰਜ਼ੀ ਕੁਝ ਕਹੀ ਜਾਵਾਂ, ਤੁਹਾਨੂੰ ਸਭ ਨੂੰ ਪਤਾ ਹੈ ਵੀ ਜੋ ਅੱਜ ਡੇਰਾ ਸੱਚਾ ਸੌਦਾ ਸਰਸਾ ਦੀ ਸਾਧ ਸੰਗਤ ਦੇ ਵਿੱਚ ਰਲ ਮਿਲ ਕੇ ਸੇਵਾ ਕਰਦਾ ਉਹਨੂੰ ਕਿੰਨੀ ਖੁਸ਼ੀ ਆਉਂਦੀ ਹੈ ਔਰ ਉਹਨੂੰ ਕਿੰਨਾ ਸਕੂਨ ਮਿਲਦਾ ਜਦੋਂ ਮਨੁੱਖ ਦਾ ਭਲਾਈ ਦੀ ਸੇਵਾ ਕਰਦਾ। ਸਭ ਤੋਂ ਵੱਡਾ ਧਰਮ ਆਪਣੀਆਂ ਬੁਰਾਈਆਂ ਖਤਮ ਕਰਨੀਆਂ ਔਰ ਸਮਾਜ ਦੇ ਵਿੱਚੋਂ ਬੁਰਾਈਆਂ ਖਤਮ ਕਰਨੀਆਂ, ਮਨੁੱਖ ਦਾ ਭਲਾਈ ਦੇ ਕੰਮ ਕਰਨਾ ਹੀ ਸਾਡਾ ਸਭ ਤੋਂ ਵੱਡਾ ਸਾਡੀ ਸੇਵਾ ਹੈ। ਇਸ ਤੋਂ ਇਲਾਵਾ ਮੈਂ ਮਾਲਕ ਤੋਂ ਇਹ ਅਰਦਾਸ ਕਰਦਾ ਵੀ ਹੇ ਸ਼ੇਖ ਸਾਹਿਬ ਜੀ, ਇਹਨਾਂ ਦੇ ਪਰਿਵਾਰ ਨੂੰ, ਇਸ ਪਰਿਵਾਰ ਨੂੰ, ਛੋਟੇ ਛੋਟੇ ਬੱਚਿਆਂ ਨੂੰ, ਕਿਉਂਕਿ ਜਦੋਂ ਘਰ ਦੇ ਵਿੱਚੋਂ ਇੱਕ ਬਾਪ ਚਲਾ ਜਾਵੇ ਘਰ ਦਾ ਚੰਨ ਖਤਮ ਹੋ ਗਿਆ। ਮਾਂ ਬਾਪ ਕੋਲੋਂ ਬੱਚਾ ਚਲਾ ਜਾਵੇ ਦੱਸੋ ਕਿਹੜੇ ਬਹਾਨੇ ਜਿਉਣਗੇ। ਅਸੀਂ ਤਾਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰ ਸਕਦੇ ਹਾਂ ਜੀ, ਮੰਗ ਕਰ ਸਕਦੇ ਹਾਂ ਔਰ ਮੰਗ ਕਰ ਰਹੇ ਹਾਂ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ, ਵੀ ਜੋ ਸਾਡੇ ਪ੍ਰਦੀਪ ਇੰਸਾਨ ਜੀ ਦੇ ਕਾਤਲ ਹੈ ਇੱਕ ਤਾਂ, ਔਰ ਉਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਹੈ, ਕਿਹੜੀਆਂ ਸਾਜ਼ਿਸ਼ਾਂ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਹੀਆਂ ਹੈ, ਉਹਨਾਂ ਦਾ ਪਤਾ ਲਗਾਇਆ ਜਾਵੇ ਔਰ ਇੱਕ ਜੋ ਬੇਅਦਬੀ ਦੇ ਮੁੱਖ ਦੋਸ਼ੀ ਹੈ ਜਿਨ੍ਹਾਂ ਨੂੰ ਹਜੇ ਤੱਕ ਉੱਧਰਲੇ ਪਾਸੇ ਜਾਂਚ ਹੀ ਨਹੀਂ ਚੱਲੀ ਔਰ ਉਹਨਾਂ ਨੂੰ ਮਤਲਬ ਪੇਸ਼ ਕੀਤਾ ਜਾਵੇ ਸਾਹਮਣੇ, ਮਤਲਬ ਵੀ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਪਤਾ ਲੱਗੇ ਵੀ ਜੋ ਬੇਅਦਬੀ ਦੇ ਅਸਲੀ ਮੁੱਖ ਦੋਸ਼ੀ ਹੈ ਤਾਂ ਉਹ ਤਾਂ ਆ ਸੀ ਤਾਂ ਸਾ। ਹਾਂਜੀ, ਹੁਣ ਤੱਕ ਦੀ ਜਿਹੜੀ ਕਾਰਵਾਈ ਹੋਈ ਹੈ ਪੁਲਿਸ ਦੀ ਉਹਨੂੰ ਕਿਵੇਂ ਦੇਖਦੇ ਜੀ? ਨਹੀਂ, ਕੇਰਾਂ ਤਾਂ ਜਿਹੜੀ ਹੁਣ ਦੀ ਪ੍ਰਦੀਪ ਇੰਸਾ ਦੇ ਕਤਲ ਦੇ ਵਿੱਚ ਕਾਰਵਾਈ ਹੋ ਰਹੀ ਹੈ ਉਸ ਤੋਂ ਕੁਛ ਹੱਦ ਤੱਕ ਸੰਤੁਸ਼ਟ ਹਾਂ ਵੀ ਜਲਦੀ ਰਿਕਵਰੀ ਕਰ ਰਹੇ ਆ, ਕੁਛ ਉਸ ਪਾਸੇ ਜਾ ਰਹੀ ਹੈ। ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਆ, ਚਿੱਠੀ ਵਾਇਰਲ ਹੋਈ ਆ, ਉਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿ ਉਹ ਉਹਨਾਂ ਨਾਲ ਤਸ਼ੱਦਦ ਹੋਏ ਇਹ ਧੱਕੇ ਨਾਲ ਉਹਨਾਂ ਦੇ ਨਾਂ ਪਾਏ? ਹਾਂਜੀ, ਉਹ ਤਾਂ ਹੁਣ ਬਿੱਟੂ ਜੀ ਦੀ ਚਿੱਠੀ ਦੇ ਵਿੱਚ ਲਿਖਿਆ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਵੀ ਇਹਦੇ 'ਤੇ ਮਤਲਬ ਅਸੀਂ CBI ਜਾਂਚ ਦੀ ਮੰਗ ਕਰ ਰਹੇ ਹਾਂ, ਉਹ ਮਤਲਬ ਸਿੱਟ ਗਿਆ ਹੈ ਬਣਾਉਣ ਲਈ। ਅਸੀਂ ਕਹਿੰਦੇ ਵੀ CBI ਜਾਂਚ ਵੀ ਇੱਕ ਅਲੱਗ ਏਜੰਸੀ ਹੈ ਪੰਜਾਬ ਦੀ ਪੁਲਿਸ ਦੇ ਉੱਤੇ ਹੀ, ਕਿਉਂਕਿ ਕੁਝ ਅਫਸਰਾਂ ਦਾ ਨਾਮ ਹੈ ਨਾ ਚਿੱਠੀ ਦੇ ਵਿੱਚ ਬਾਈ ਨੇਮ, ਤਾਂ ਇਸ ਕਰਕੇ ਅਸੀਂ ਕਹਿੰਦੇ ਵੀ CBI ਜਾਂਚ ਹੋਣੀ ਚਾਹੀਦੀ ਹੈ, ਸਾਡੀ ਇਹ ਮੰਗ ਹੈ ਪਰਿਵਾਰ ਦੀ, ਬਿੱਟੂ ਦੇ, ਮਹਿੰਦਰਪਾਲ ਬਿੱਟੂ ਦੇ ਪਰਿਵਾਰ ਦੀ ਮੰਗ ਹੈ। ਅਗਲੀ ਤੁਹਾਡੀ ਅਪਡੇਟਿੰਗ ਕੀ ਹੋਣੀ ਇਸ ਮਸਲੇ? ਉਹ ਤਾਂ ਜੀ ਹੁਣ ਇਸ ਤੋਂ ਬਾਅਦ, ਪਹਿਲਾਂ ਤਾਂ ਇਸ ਦੁੱਖ ਤੋਂ ਹੀ ਅੱਜ ਅਸੀਂ ਅੰਤਮ ਅਰਦਾਸ ਕਰਕੇ ਹੁਣ ਥੋੜ੍ਹਾ ਜਿਹਾ ਉਹ ਕਰਾਂਗੇ ਰਿਲੀਫ ਲੈ ਕੇ, ਉਦੋਂ ਬਾਅਦ ਅਸੀਂ ਫਿਰ ਬੈਠ ਕੇ ਜੋ ਵੀ ਸਾਡੇ ਪਰਿਵਾਰ ਨਾਲ ਇਸ ਨਾਲ ਔਰ ਸਾਡੀ ਸਟੇਟ ਕਮੇਟੀ ਜਾਂ ਇਸ ਬਲਾਕ ਕਮੇਟੀ ਬੈਠੂਗੀ, ਫਿਰ ਉਸ 'ਤੇ ਵਿਚਾਰ ਕਰਿਆ ਜਾਊਗਾ, ਫਿਰ ਆਫੀਸਰ ਸਾਹਿਬਾਨਾਂ ਨੂੰ ਮਿਲਿਆ ਜਾਊਗਾ ਅੱਗੇ ਦੀ ਰਣਨੀਤੀ। ਪਰਿਵਾਰ ਵੱਲੋਂ ਪ੍ਰਦੀਪ ਦੀਆਂ ਅੱਖਾਂ ਵੀ ਦਾਨ ਕੀਤੀਆਂ, ਅੱਜ ਰਾਸ਼ਨ ਵੀ ਵੰਡਿਆ। ਹਾਂਜੀ, ਉਹਦੇ ਬਾਰੇ ਉਹ ਤਾਂ ਜੀ ਡੇਰਾ ਸੱਚਾ ਸੌਦਾ ਦੀ ਇੱਕ ਸਿੱਖਿਆ ਹੈ, ਸਾਡੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰੀਤ ਸਿੰਘ ਜਿੰਸਾ ਨੇ ਸਾਨੂੰ ਸਿੱਖਿਆ ਹੀ ਇਹ ਦਿੱਤੀ ਹੈ ਵੀ ਤੁਸੀਂ ਇਨਸਾਨੀਅਤ ਦਾ, ਚਾਹੇ ਤੁਹਾਡੇ 'ਤੇ ਸੁੱਖ ਹੈ ਚਾਹੇ ਦੁੱਖ ਹੈ, ਤਾਂ ਤੁਸੀਂ ਇਨਸਾਨੀਅਤ ਦਾ ਜੋ ਪੱਲਾ ਫੜਿਆ, ਇਨਸਾਨੀਅਤ ਨੂੰ ਜੋ ਉੱਚਾ ਚੁੱਕਣ ਲਈ, ਉਹਦੀ ਮਤਲਬ ਇਨਸਾਨੀਅਤ ਦੇ ਵਿੱਚ ਵੜ ਕੇ ਇੱਕ ਮਦਦ ਕਰਨ ਲਈ ਤੁਹਾਨੂੰ ਪ੍ਰੇਰਿਤ ਕੀਤਾ, ਉਹ ਰਾਹ ਤੁਸੀਂ ਨਹੀਂ ਛੱਡਣਾ, ਉਸ ਰਾਹ 'ਤੇ ਚੱਲਦੇ ਹੀ ਰਹਿਣਾ। ਅੱਜ ਕਿੰਨੇ ਲੋੜਵੰਦ ਪਰਿਵਾਰਾਂ ਨੂੰ? ਅੱਜ ਜੀ 5 ਪਰਿਵਾਰਾਂ ਨੂੰ। ਤੁਹਾਡਾ ਪੂਰਾ ਗੁਡ ਨੇਮ ਕੀ ਤੁਹਾਡਾ? ਮੇਰਾ ਨਾਮ ਗੁਰਦੇਵ ਸਿੰਘ। ਠੀਕ ਠੀਕ ਹੈ।